जय भीम जय भारत भाई गुरु जी का खालसा भाई गुरु जी की फतेह जय गुरुदेव ਧੰਨ ਗੁਰਦੇਵ ਸਸਰੀ ਅਕਾਲ ਜੀ ਕੱਲ ਫੇਸਬੁੱਕ ਦੇ ਉੱਤੇ ਕਿਸੇ ਭਰਾ ਦੀ ਵੀਡੀਓ ਸੰਡ ਰਿਆ ਸੀ ਇੱਕ ਸਾਡੇ ਕਥਾਕਾਰ ਗਿਆਨੀ ਭਾਈ ਆਪਣੇ ਬਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸਰਬਨ ਕਰਾਉਣ ਲੱਗੇ ਸੀ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚਾਰ ਸੁਪੁੱਤਰ ਹੋਏ ਨੇ ਤੇ ਉਹਨਾਂ ਦੇ ਬਾਰੇ ਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਉਹ ਕਹਿੰਦੇ ਸੀ ਵੀ ਚੋਹਾ ਸਾਹਿਬ ਜਿਆਦਿਆਂ ਦੀ ਉਹਨੀ ਜਿਹੜੀ ਡਿਕਟੇਸ਼ਨ ਕੀਤੀ ਆ ਜਿਹੜੀ ਉਹਨਾਂ ਨੇ ਸਾਰੀਆਂ ਸੰਗਤਾਂ ਦੇ ਅੱਗੇ ਜਿਹੜਾ ਉਹਨਾਂ ਨੇ ਆਪਣੀ ਸਟੇਟਮੈਂਟ ਰੱਖੀ ਆ ਉਹ ਇਹ ਗੱਲ ਕਹਿ ਰਹੇ ਸੀ ਵੀ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹ ਵਿਸ਼ਨੂੰ ਜੀ ਦਾ ਅਵਤਾਰ ਸੀ ਤੇ ਜਿਹੜੇ ਉਸ ਨਾਲ ਤੋਂ ਛੋਟੇ ਸਾਹਿਬ ਜੀ ਆਦੇ ਸੀ ਉਹ ਬ੍ਰਹਮਾ ਜੀ ਦਾ ਅਵਤਾਰ ਸੀ ਤੇ ਤੀਸਰੇ ਸਾਹਿਬ ਜੀ ਆਦੇ ਜਿਹੜੇ ਉਹ ਸ਼ਿਵ ਜੀ ਦਾ ਅਵਤਾਰ ਸੀ ਤੇ ਜਿਹੜੇ ਚੌਥੇ ਸਾਹਿਬ ਜੀ ਆਦੇ ਸੀ ਉਹ ਇੰਦਰ ਜੀ ਦਾ ਅਵਤਾਰ ਸੀ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਉਹ ਇੰਦਰ ਜੀ ਜਿਹੜੇ ਆ ਸਵਰਗ ਦਾ ਜਿਹੜਾ ਰਾਜਾ ਆ ਉਹਨਾਂ ਦਾ ਅਵਤਾਰ ਸੀ ਕਿ ਉਹ ਨੋਰਮਲ ਇਨਸਾਨ ਨਹੀਂ ਸੀ ਉਹ ਦੇਵਤੇ ਸੀ ਹਿੰਦੂਆਂ ਦੇ ਦੇਵਤੇ ਜਿਨ੍ਹਾਂ ਚੋਂ ਹਾਂ ਨੇ ਅਵਤਾਰ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਤੇ ਸਿੱਖ ਸਮਾਜ ਦੀ ਜਿਹੜੀ ਉਹ ਸ਼ਹੀਦ ਹੋ ਨਿਭੜੇ ਸੁਣ ਕੇ ਬਹੁਤ ਚੰਗਾ ਲੱਗਿਆ ਇਸ ਤਰ੍ਹਾਂ ਦੇ ਸਿਆਣੇ ਵਿਦਵਾਨ ਸੱਜਣ ਜਿਹੜੇ ਆਹੋ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਬੇ ਉਹ ਕਿਹੜੀਆਂ ਰੂਹਾਂ ਧਰਤੀ ਦੇ ਉੱਤੇ ਆਈਆਂ ਕਿਹੜੀਆਂ ਰੂਹਾਂ ਨੇ ਆ ਕੇ ਸਿੱਖ ਧਰਮ ਜਿਹੜਾ ਉਹ ਸਿਰਜਿਆ ਜਿਹਨ ਕਿਣ ਕਿਹੜੀਆਂ ਰੂਹਾਂ ਨੇ ਆ ਕੇ ਜ਼ੁਲਮ ਦਾ ਟੱਕਰਾ ਕੀਤਾ ਔਰ ਕਿਹੜੀਆਂ ਰੂਹਾਂ ਨੇ ਆ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਔਰ ਇਨਸਾਨੀ ਇਨਸਾਨੀਅਤ ਦਾ ਮੋੜ ਬਦਲਿਆ ਤੇ ਮੇਰੀ ਗਿਆਨੀ ਸੱਜਣ ਜੀ ਅੱਗੇ ਸਾਰੇ ਸੰਗਤਾਂ ਦੇ ਅੱਗੇ ਬੇਨਤੀ ਹੈ ਜਿਹੜੀਆਂ ਉਹ ਸਰਵਣ ਕਰ ਰਹੀਆਂ ਸੀ ਉਹਨਾਂ ਦੀ ਵੀਡੀਓ ਜਿਹੜੇ ਭਰਾਵਾਂ ਨੇ ਕੱਲ ਵੀਡੀਓ ਉਹ ਡਾਊਨਲੋਡ ਕਰਕੇ ਮੇਰੇ ਫੇਸਬੁੱਕ ਦੇ ਉੱਤੇ ਸਾਡੇ ਤੱਕ ਵੀ ਲਿਆਂਦੀ ਤੇ ਮੈਂ ਦੋਵੇਂ ਹੱਥ ਜੋੜ ਕੇ ਸਾਰੇ ਭਰਾਵਾਂ ਅੱਗੇ ਬੇਨਤੀ ਕਰਦਾ ਆ ਕਿ ਇਹੋ ਜਿਹੇ ਪ੍ਰਚਾਰਕਾਂ ਨੂੰ ਮੇਰੀ ਬਹੁਤ ਜ਼ਿਆਦਾ ਸਾਨੂੰ ਉਹਨਾਂ ਪ੍ਰਚਾਰਕਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਤੁਸੀਂ ਬੇਨਤੀ ਕਰੋ ਫਿਰ ਹਿੰਦੂ ਧਰਮ ਵਾਲੇ ਲੋਕਾਂ ਨੂੰ ਜਿਹੜੇ ਅੱਜ ਤੱਕ ਸਦੀਆਂ ਤੋਂ ਆਪਣਾ ਗੰਦ ਜਿਹੜਾ ਆ ਉਹ ਆਪਣੇ ਮੁੰਡੇ ਆ ਤੇ ਚੱਕੀ ਫਿਰਦੇ ਆ ਬ੍ਰਾਹਮਣ ਜਿਹੜੇ ਉਹ ਸਦੀਆਂ ਤੋਂ ਜੂਟ ਕਾਂਦੇ ਤੁਰੇ ਆ ਰਹੇ ਆ ਜਿਨ੍ਹਾਂ ਨੇ ਇਹ ਫਲਸਫਾ ਮਨੁਸਿਮਰਤੀ ਦੇ ਅਧੀਨ ਬਣਾਇਆ ਹੋਇਆ ਕਿ ਅਸੀਂ ਸਾਨੂੰ ਅਧਿਕਾਰਿਆ ਮਨੁਸਿਮਰਤੀ ਦੇ ਮੁਤਾਬਕ ਅਸੀਂ ਰਾਜਪੂਤਾਂ ਦੀਆਂ ਜਿਹੜੀਆਂ ਖਤਰਾਂੀਆਂ ਆ ਉਹਨਾਂ ਦੇ ਨਾਲ ਸ਼ਰਿਆਮ ਸੌਂ ਸਕਦੇ ਆ ਤੇ ਉਸ ਤੋਂ ਬਾਅਦ ਅਸੀਂ ਬੇਸ਼ਾਨੀਆਂ ਦੀਆਂ ਜਨਾਨੀਆਂ ਨਾਲ ਸੌ ਸਕਦੇ ਹਾਂ। ਸ਼ੂਦਰਾਂ ਦੀਆਂ ਜਨਾਨੀਆਂ ਨਾਲ ਅਸੀਂ ਸੌ ਸਕਦੇ ਹਾਂ। ਉਹ ਸਦੀਆਂ ਤੋਂ ਝੂਠ ਕਾਂਦੇ ਤੁਰੇ ਆ ਰਹੀ। ਇਹ ਝੂਠਖਾਣੀ ਜਿਹੜੀ ਕੌਮ ਆ ਜਿਨ੍ਹਾਂ ਨੇ ਤੁਹਾਨੂੰ ਇਹ ਰੀਕੋਨੈਸ਼ਨ ਦਾ ਜਿਹੜਾ ਫਲਸਫਾ ਦਿੱਤਾ। ਉਹਨਾਂ ਨੂੰ ਤੁਸੀਂ ਸਮਝਾਓ ਵੀ ਤੁਹਾਡੇ ਜਿਹੜੇ ਦੇਵਤੇ ਜਿਨ੍ਹਾਂ ਨੂੰ ਤੁਸੀਂ ਦੇਵਤੇ ਮੰਨਦੇ ਆ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਦੇ ਵਿੱਚ ਜਨਮ ਲੈ ਕੇ ਸਿੱਖ ਧਰਮ ਦੀ ਬੁਨਿਆਦ ਰੱਖੀ ਆ ਤੇ ਤੁਸੀਂ ਵੀ ਸਾਰੇ ਭਰਾ ਜਿਹੜੇ ਆ ਉਹ ਸਿੱਖ ਧਰਮ ਦੇ ਵਿੱਚ ਆ ਜਾਓ ਤੇ ਆਪਣਾ Hinduਵਾਦ Hindu ਧਰਮ ਦਾ ਜਿਹੜੀ ਇਹ ਝੂਠ ਖਲਾਈ ਜਾਂਦੇ ਤੁਹਾਨੂੰ ਇਹ ਝੂਠ ਖਾਣੇ ਲੋਕ ਜਿਹੜੇ ਬ੍ਰਾਹਮਣ ਲੋਕ ਆ ਇਹ ਤੁਹਾਡੇ ਵਿੱਚ ਜਿਹੜਾ ਜਾਤੀ ਪੱਤੀ ਬੋਝ ਜਿਹੜਾ ਤੁਹਾਡੇ ਉੱਤੇ ਲੱਦੀ ਜਾਂਦੇ ਆ ਇਹਦਾ ਤਿਆਗ ਕਰਕੇ ਤੁਸੀਂ ਸਾਰੇ ਦੇ ਸਾਰੇ ਸਿੱਖ ਬਣੋ ਕਿਉਂਕਿ ਉਹਨਾਂ ਨੇ ਜਨਮ ਲੈ ਕੇ ਸਿੱਖ ਧਰਮ ਦੀ ਬੁਨਿਆਦ ਰੱਖੀ ਆ ਜੇ ਉਹਨਾਂ ਤੁਹਾਡੇ ਤੁਹਾਡੇ ਜਿਹੜੇ ਦੇਵਤੇ ਆ ਉਹਨਾਂ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਆ ਫਿਰ ਤੁਹਾਨੂੰ ਸਿੱਖ ਧਰਮ ਦੇ ਸਿਧਾਂਤਾਂ ਦੇ ਉੱਤੇ ਕੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਸਿੱਖ ਧਰਮ ਜਿਹੜਾ ਆ ਉਹ ਇਨਸਾਨੀਅਤ ਦਾ ਮੋਢ ਬਣਦਾ ਆ ਤੇ ਉਹਨਾਂ ਨੇ ਹੀ ਇਨਸਾਨ ਬਣਨ ਦੇ ਲਈ ਅਸ਼ੂਤ ਲੋਕਾਂ ਨੂੰ ਸਦੀਆਂ ਤੋਂ ਜੁੜੇ ਦਰਕਾਰੇ ਹੋਏ ਤੁਹਾਡੇ ਸਿਸਟਮ ਦੇ ਮੁਤਾਬਕ ਤੁਹਾਡੇ ਹਿੰਦੂ ਧਰਮ ਦੇ ਮੁਤਾਬਕ ਜਿਹੜੇ ਤੁਹਾਡੇ ਗੰਦਗੀ ਦਾ ਬੋਝ ਛਟੋਂਦੇ ਤੁਰੇ ਆ ਰਹੇ ਆ ਜਿਨ੍ਹਾਂ ਨੂੰ ਹੁਣ ਵੀ ਤੁਸੀਂ ਗੰਦਗੀ ਚਕਾਉਣ ਦੇ ਲਈ ਪੱਪਾਂ ਪਾਰ ਹੋਏ ਤੁਰੇ ਫਿਰਦੇ ਆ ਤੇ ਸਾਡੀ ਬੇਨਤੀ ਆਵੇ ਇਹ ਜਿਹੜੇ ਮਹਾਪੁਰਸ਼ ਜਿਨ੍ਹਾਂ ਨੇ ਇਹ ਬਿਆਨਬਾਜ਼ੀ ਕੀਤੀ ਆ ਆਪਣੀ ਕਥਾ ਦੇ ਮੁਤਾਬਕ ਉਹਨਾਂ ਨੇ ਦੱਸਿਆ ਤੁਹਾਡੇ ਇਨਕੋਰਪੋਰੇਸ਼ਨ ਦਾ ਜਿਹੜਾ ਫਲਸਫਾ ਆ ਸਾਰੇ ਭਰਾਮਾਂ ਦੇ ਅੱਗੇ ਲਿਆ ਕੇ ਰੱਖਿਆ ਤੇ ਮੈਂ ਚਾਹੁੰਦਾ ਹਾਂ ਵੀ ਤੁਸੀਂ ਵੀ ਸਾਰੇ ਧਿਆਨ ਦੇ ਨਾਲ ਉਸ ਵੀਡੀਓ ਨੂੰ ਸੁਣੋ ਔਰ ਉਹਦੇ ਉੱਤੇ ਅਮਲ ਕਰੋ ਤਾਂ ਕਿ ਤੁਹਾਨੂੰ ਵੀ ਥੋੜੀ-ਬਹੁਤੀ ਅਕਲ ਆ ਜਵੇ ਤੁਹਾਡੀਆਂ ਬੋਧੀਆਂ ਰੱਖਣ ਦੇ ਨਾਲ ਕਿਸੇ ਇਨਸਾਨ ਦੀ ਇਨਸਾਨੀਅਤ ਨਹੀਂ ਗਰ ਜਾਣੀ ਜੇ ਤੁਹਾਡੇ ਜੋਗੀ ਦਿੱਤਿਆ ਨਾਥ ਦੇ ਜੋਗੀ ਵਰਗੇ ਜਿਹੜੇ ਬੰਦੇ ਬੇਵਕੂਫ ਬੰਦੇ ਜੋਗੀ ਬਣ ਗਏ ਪੜ੍ਹ ਲਿਖ ਕੇ ਔਰ ਜਿਨ੍ਹਾਂ ਨੂੰ ਇੰਨੀ ਅੱਜ ਤੱਕ ਅਕਲ ਨਹੀਂ ਆਈ ਵੀ ਮੈਂ 4 ਰੁਪਏ ਦੀ ਕੁਰਸੀ ਨਹੀਂ ਖਰੀਦ ਸਕਿਆ ਬਲਕੇ ਬ੍ਰਾਹਮਣਾ ਦੇ ਬ੍ਰਾਹਮਣਾ ਦੇ ਕੋਲੋਂ ਜਿਹੜਾ ਉਹ ਲਿਆ ਕੇ ਗਾਂ ਦਾ ਗੋਹਾ ਖਾਦਾ ਜਿਹੜਾ ਉਹ ਪਿਸ਼ਾਬ ਪੀਤਾ ਆਪਣੇ ਆਪ ਨੂੰ ਪਵਿੱਤਰ ਕਰਨ ਦੇ ਲਈ ਘਟੋ ਘਟ ਉਹਦੇ ਤੋਂ ਤਾਂ ਬਚ ਜਾਂਦਾ ਇਹ ਮਨੁੱਖਵਾਦ ਉਹਦੇ ਤੋਂ ਤਾਂ ਬ੍ਰਾਹਮਣਵਾਦ ਬਚ ਜਾਂਦਾ ਉਹਦੇ ਤੋਂ ਤਾਂ ਇਹ ਭਾਜਪੀ ਆਪਣੇ ਆਪ ਨੂੰ ਨਜਾਤ ਪਾ ਲੈਂਦੀ ਇਹ ਨਪੁੰਸਕ ਲੋਕ ਅੱਜ ਵੀ ਸਾਨੂੰ ਜਿਹੜੇ ਆ ਸਦੀਆਂ ਤੋਂ ਜਿਸ ਤਰ੍ਹਾਂ ਸਾਡੇ ਉੱਤੇ ਬੋਝ ਗੁਲਾਮੀ ਦਾ ਢੋਂਦੇ ਤੁਰੇ ਆ ਰਹੇ ਆ ਸਾਨੂੰ ਅੱਜ ਵੀ ਗੁਲਾਮ ਬਣਾਉਣ ਦੇ ਲਈ ਪੱਬਾਂ ਪਰ ਹੋ ਕੇ ਤੁਰੇ ਫਿਰਦੇ ਆ ਤੁਹਾਡਾ ਇਹ ਸੁਪਨਾ ਪੂਰਾ ਨਹੀਂ ਹੋਣਾ ਅਸੀਂ ਇਹ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਜਿੰਨੀ ਮਰਜੀ ਹਿਰਾ ਫੇਰੀ ਕਰ ਲਓ ਜਿੰਨੀਆਂ ਮਰਜੀ EVM ਮਸ਼ੀਨਾਂ ਦੇ ਵਿੱਚ ਆਪਣੇ ਜੰਤਰ ਫਿੱਟ ਕਰ ਲਓ ਜਿੱਦਾਂ ਮਰਜੀ ਰਾਜ ਹਥਿਆ ਲਓ ਪਰ ਇਹ ਤੁਹਾਡਾ ਸੁਪਨਾ ਨਹੀਂ ਪੂਰਾ ਹੋਣਾ ਵੀ ਤੁਸੀਂ ਰਾਜਾ ਆਰਾਮ ਦਾ ਰਾਜ ਲਿਆ ਕੇ ਤੁਸੀਂ ਸਾਡੇ ਸਾਡੇ ਮੁਰਕੇ ਸਾਡੇ ਕੰਨਾਂ ਦੇ ਵਿੱਚ ਸਿਕਾ ਢਾਲ ਕੇ ਪਾ ਦਿਓਗੇ ਜਾਂ ਸਾਡੀਆਂ ਜਵਾਨਾਂ ਕੱਟ ਦਿਓਗੇ ਅਸੀਂ ਤੁਹਾਨੂੰ ਅਜੇ ਵਾਰਨਿੰਗ ਦੇਈ ਜਾਂਦੇ ਆ ਵੀ ਤੁਸੀਂ ਸੁਧਰ ਜਾਓ ਤਾਂ ਬੰਦੇ ਬਣ ਜਾਓ ਤਾਂ ਬਹੁਤ ਵਧੀਆ ਗੱਲ ਆ ਪਰ ਜੇ ਤੁਸੀਂ ਬੰਦੇ ਨਾ ਬਣੇ ਤਾਂ ਸਾਨੂੰ ਤੁਹਾਨੂੰ ਬੰਦੇ ਬਣਾਉਣਾ ਆਉਂਦਾ ਆ ਅਸੀਂ ਤੁਹਾਨੂੰ ਬੰਦੇ ਬਣਾਉਣ ਦੇ ਲਈ ਉਪਰਾਲਾ ਸਾਡਾ ਵੀ ਯਾਰੀ ਆ ਅਗਰ ਤੁਹਾਨੂੰ ਤੁਸੀਂ ਸਾਨੂੰ ਸ਼ੁੱਧਰ ਬਣਾਉਣਾ ਚਾਹੁੰਦੇ ਆ ਤਾਂ ਅਸੀਂ ਵੀ ਤੁਹਾਨੂੰ ਬੰਦੇ ਬਣਾਉਣ ਲਈ ਤੁਰੇ ਹੋਏ ਆ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਅਰਗਦੇਵ ਧੰਨ ਗੁਰਦੇਵ